ਅਬੋਹਰ ਵਿੱਚ ਵੱਧ ਰਹੇ ਕਰੋਨਾ ਦੇ ਗ੍ਰਾਫ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਹੋ ਗਿਆ ਜਿਸ ਕਾਰਨ ਦੁਕਾਨਦਾਰ ਸਰਕਾਰ ਤੋਂ ਮੁਕੰਮਲ ਤਾਲਾਬੰਦੀ ਦੀ ਮੰਗ ਕਰ ਰਹੇ ਨੇ। ਇਸ ਤੋਂ ਬਾਅਦ ਅਬੋਹਰ ਦੀ ਤਹਿਸੀਲ ਵਿੱਚ ਵਸੀਕਾ ਨਵੀਸ ਦੇ ਵਕੀਲਾਂ ਨੇ ਸਰਬਸੰਮਤੀ ਨਾਲ ਅਗਲੇ ਦਿਨਾਂ ਲਈ ਕੰਮ ਬੰਦ ਕਰਨ ਦਾ ਫੈਸਲਾ ਲਿਆ। ਸ਼ੁੱਕਰਵਾਰ ਨੂੰ ਵੀ ਅਬੋਹਰ ਤਹਿਸੀਲ ਵਿੱਚ ਵਸੀਕਾ ਨਵੀਸ ਦੇ ਵਕੀਲਾਂ ਦੇ ਚੈਂਬਰ ਬੰਦ ਰਹੇ। ਸਟੈਂਪ ਵਿਕਰੇਤਾ ਗੁਲਸ਼ਨ ਨੇ ਦੱਸਿਆ ਕਿ ਸ਼ਹਿਰ ਵਿੱਚ ਕਰੋਨਾ ਦੇ ਕੇਸ ਵੱਧ ਰਹੇ ਨੇ। ਪਿਛਲੇ ਦਿਨ ਇੱਕ ਵਕੀਲ ਦੀ ਵੀ ਕਰੋਨਾ ਕਾਰਨ ਮੌਤ ਹੋ ਗਈ ਹੈ ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਵਸੀਕਾ ਨਵੀਸ ਪੰਕਜ ਗਿਲਹੋਤਰਾ ਨੇ ਦੱਸਿਆ ਕਿ ਸ਼ਹਿਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਭ ਤੋਂ ਵੱਡੀ ਭੀੜ ਵਸੀਕਾ ਨਵੀਸ ਦੇ ਕੋਲ ਤਹਿਸੀਲ ਵਿੱਚ ਹੈ। ਇਸ ਕਰਕੇ ਫੈਸਲਾ ਲਿਆ ਗਿਆ ਹੈ ਕਿ ਹਰ ਕੋਈ ਆਪਣੇ ਆਪ ਆਪਣੇ ਪਰਿਵਾਰ ਦੀ ਸੁਰੱਖਿਆ ਦੇ ਮੱਦੇਨਜ਼ਰ ਅਗਲੇ ਕੁਝ ਦਿਨਾਂ ਲਈ ਆਪਣੇ ਚੈਂਬਰਾਂ ਨੂੰ ਬੰਦ ਰੱਖੇਗਾ। ਦੂਜੇ ਪਾਸੇ ਵਕੀਲ ਭਾਈਚਾਰੇ ਵੱਲੋਂ ਅਗਲੇ ਕੁਝ ਦਿਨਾਂ ਲਈ ਚੈਂਬਰ ਨੂੰ ਬੰਦ ਕਰਨ ਲਈ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ। ਵਕੀਲ ਜੈਦਿਆਲ ਕਾਂਟੀਵਾਲ ਨੇ ਕਿਹਾ ਕਿ ਉਸਦੇ ਨੌਜਵਾਨ ਸਾਥੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ, ਇਸ ਲਈ ਸਾਰਿਆਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ। ਪੰਜਾਬ ਮੰਗ ਦਾ ਜਵਾਬ 10ਵਾਂ ਸ਼ਗਨ ਸਕੀਮ 51,000 ਰੁਪਏ ਮੇਰਾ ਨੁਕਤਾ ਸ਼ਗਨ ਸਕੀਮ 51,000 ਕੀ ਮਿਲੇ ਸ਼ਗਨ ਸਕੀਮ ਚ 51,000 ਰੁਪਏ ਪੰਜਾਬ ਮੰਗ ਦਾ ਜਵਾਬ ਸਰ ਨਾ ਕੀ ਆਪਣਾ ਗੁਲਸ਼ਨ ਕੁਮਾਰ ਜੀ ਗੁਲਸ਼ਨ ਜੀ ਇਹ ਜਿਹੜਾ ਸਟਾਂਪ ਪ੍ਰੋਸ਼ਨ ਨੇ ਫੈਸਲਾ ਲਿਆ ਇਸ ਬਾਰੇ ਦੱਸੋ ਇਹ ਸਾਰਾ ਅਸੀਂ ਲੱਗ ਕੇ ਫੈਸਲਾ ਲਿਆ ਜੀ ਸਟਾਂਪ ਪ੍ਰੋਸ਼ਨ ਜੀ ਨੂੰ ਵੀ ਸਾਰੇ ਜੋ ਵੀ ਕੰਮ ਕਰਦੇ ਨੇ ਵੀ ਇਹ ਕਰੋਨਾ ਮਹਾਮਾਰੀ ਨੂੰ ਦੀ ਚੈਨ ਤੋੜਨ ਵਾਸਤੇ ਅਸੀਂ ਇਹ ਦਫ਼ਤਰ ਬੰਦ ਕੀਤੇ ਨੇ ਅਤੇ ਸਰਕਾਰ ਦੇ ਨਾਲ ਅਸੀਂ ਪੂਰਾ ਸਹਿਯੋਗ ਕਰ ਰਹੇ ਹਾਂ ਵੀ ਇਹ ਮਹਾਂਮਾਰੀ ਅੱਗੇ ਨਾ ਫੈਲੇ ਅਤੇ ਇਹਦੀ ਚੈਨ ਤੋੜੀ ਜਾਵੇ ਇਹ ਕਿੰਨੇ ਦਿਨਾਂ ਤੋਂ ਕਿੰਨੇ ਦਿਨ ਤੱਕ ਬੰਦ ਰਹਿਣਗੇ ਇਹ 14-5 ਤੋਂ ਲੈ ਕੇ 23-5 ਤੱਕ ਜੇ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਵੀ ਆਪਦੇ ਘਰੇ ਰਹੋ ਸੇਫ ਰਹੋ ਅਤੇ ਇਸ ਬਿਮਾਰੀ ਤੋਂ ਬਚੋ ਨਾ ਕੀ ਆਪਣਾ ਪੰਕਜ ਗਿਲੋਤਰਾ ਜੀ ਪੰਕਜ ਜੀ ਇਹ ਜਿਹੜਾ ਸਟਾਂਪ ਪ੍ਰੋਸੈਸ ਫੈਸਲਾ ਲਿਆ ਇਸ ਬਾਰੇ ਜਾਣਕਾਰੀ ਦਿਓ ਕੀ ਠੀਕ ਹੈ ਜਾਂ ਮਤਲਬ ਕਿਸ ਤਰ੍ਹਾਂ ਲਿਆ ਜੀ ਇਸ ਤਰ੍ਹਾਂ ਜੀ ਸਾਡੇ ਇੱਥੇ ਸਾਰੇ ਅਰਜੀ ਨਵੀਸਾਂ ਨੇ ਸਟਾਂਪ ਪ੍ਰੋਸ਼ਾਂ ਨੇ ਫੋਟੋਸ਼ੇਟ ਵਾਲਿਆਂ ਨੇ ਆਪਦੀ ਸਰਬਸਹਿਮਤੀ ਨਾਲ ਮਤਾ ਪਾਸ ਕੀਤਾ ਹੈ ਵੀ ਇਹ ਕਰੋਨਾ ਮਹਾਂਮਾਰੀ ਨੂੰ ਤੋਂ ਬਚਣ ਵਾਸਤੇ ਸਾਰੇ ਆਪਦੇ ਕੰਮ ਬੰਦ ਰੱਖਣਗੇ ਸਾਰਿਆਂ ਨੇ ਸਹਿਮਤੀ ਨਾਲ ਆਪਦੇ ਆਫਿਸ ਬੰਦ ਰੱਖੇ ਨੇ ਅਤੇ ਇਹਦੇ ਵਿੱਚ ਹੀ ਸਭ ਦੀ ਬੁਲਾਈ ਹੈ ਸਰਕਾਰ ਵੀ ਦਾ ਜੋ ਫੈਸਲਾ ਹੈ ਉਹਦੇ ਨਾਲ ਹੀ ਅਸੀਂ ਕੀ ਲੱਗਦਾ ਬਿਮਾਰੀ ਜ਼ਿਆਦਾ ਫੈਲ ਰਹੀ ਇਸ ਕਰਕੇ ਫੈਸਲਾ ਬਿਲਕੁਲ ਜੀ ਬਿਲਕੁਲ ਇਹ ਬਿਮਾਰੀ ਦਾ ਫਿਰ ਕੋਈ ਇਲਾਜ ਵੀ ਨਹੀਂ ਹੈਗਾ ਪੰਜਾਬੀ 'ਚ ਇਹ ਜੀ ਤਾਂ ਗੱਲ ਇਹ ਤਾਂ ਆਪਦੇ ਬਚਾਅ ਇਹ ਬਚਾਅ ਸਰ ਵਕੀਲਾਂ ਨੇ ਜਿਹੜਾ ਫੈਸਲਾ ਲਿਆ ਕਿੰਨੇ ਦਿਨਾਂ ਤੱਕ ਬੰਦ ਰਹੇਗਾ ਅਤੇ ਕਿਉਂ ਲਿਆ ਇਹ ਜੀ ਜੋ ਪਰਮਾਤਮਾ ਦੇ ਵੱਲੋਂ ਕੁਦਰਤ ਦੀ ਕਰੋਪੀ ਆਈ ਹੋਈ ਹੈ ਮਹਾਂਮਾਰੀ ਆਈ ਹੋਈ ਹੈ ਸਭ ਨੂੰ ਪਤਾ ਹੈ ਇਸ ਬਾਰੇ ਅਤੇ ਸਾਡੇ ਸੀਨੀਅਰ ਵਕੀਲ ਸ਼੍ਰੀ ਵਿਨੋਦ ਕੁਮਾਰ ਜੀ ਮਹਿਤਾ ਉਹਨਾਂ ਦੇ ਲੜਕੇ ਸ਼੍ਰੀ ਹਿਮਾਂਸ਼ੂ ਮਹਿਤਾ ਦੀ ਇਸੇ ਬਿਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਉਸਦੇ ਅਗਲੇ ਦਿਨ ਹੀ ਸ਼੍ਰੀ ਅਤੁਲ ਕੁਮਾਰ ਰਸੀਜਾ ਜੀ ਉਹਨਾਂ ਦੀ ਵੀ ਡੈੱਥ ਹੋ ਗਈ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਅਤੇ ਜੋ ਬਾਰ ਨੇ ਡਿਸਟ੍ਰਿਕਟ ਬਾਰ ਫਾਜ਼ਿਲਕਾ ਨੇ ਵੀ ਸਾਰੇ ਚੈਂਬਰ ਬਿਲਕੁਲ ਸ਼ੱਟ ਡਾਊਨ ਕਰਨ ਦੀ ਰਿਕੁਐਸਟ ਕੀਤੀ ਸਾਰੇ ਵਕੀਲਾਂ ਨੂੰ ਇਸ ਵਾਸਤੇ ਮਤਾ ਵੀ ਪਾਇਆ ਹੋਇਆ ਵੀ ਸਾਰੇ ਵਕੀਲ ਆਪਦੇ ਘਰੇ ਰਹਿਣ ਆਪਦੇ ਬੱਚਿਆਂ ਦੀ ਸੁਰੱਖਿਆ ਕਰਨ ਆਪਦੀ ਸੁਰੱਖਿਆ ਕਰਨ ਇਸ ਵਾਸਤੇ ਅਜਿਹੀ ਕੋਈ ਘਟਨਾ ਹੋਰ ਨਾ ਵਾਪਰੇ ਅਤੇ ਇਸ ਕੋਵਿਡ ਨੂੰ ਆਪਾਂ ਹਰਾਉਣਾ ਹੈ ਸਭ ਨੇ ਮਿਲ ਕੇ ਆਪਦਾ ਬਚਾਅ ਕਰਨਾ ਹੈ ਇਸ ਲਈ ਇਹ ਜਿਹੜਾ ਫੈਸਲਾ ਜਿਹੜਾ ਆਪਣੇ ਬਾਰ ਨੇ ਲਿਆ ਹੈ ਅਤੇ ਰੈਜੂਲੇਸ਼ਨ ਪਾਇਆ ਹੋਇਆ ਅਤੇ ਸਭ ਬਿਲਕੁਲ ਬੰਦ ਹੈ ਇਹ 25 ਤਰੀਕ ਤੱਕ ਇਹਨਾਂ ਨੇ ਬੰਦ ਕੀਤਾ ਹੋਇਆ ਜੀ ਫਾਰ ਦੀ ਟਾਈਮ ਬੀਂਗ ਉਸ ਤੋਂ ਬਾਅਦ ਅੱਗੇ ਕੋਈ ਡਿਸੀਜਨ ਹੋਊਗਾ ਡਿਸਟ੍ਰਿਕਟ ਬਾਰ ਦਾ ਉਹਦੇ ਅਕੋਰਡਿੰਗਲੀ ਅਸੀਂ ਡਿਸੀਜਨ ਅੱਗੇ ਲੈ ਲਾਂਗੇ ਅਬੋਹਰ ਤੋਂ ਸੰਦੀਪ ਸੋਖਲ ਦੀ ਰਿਪੋਰਟ ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ